ਮੇਰੀ ਸੰਗਤ ਪੋਚ ਸੋਚ ਦਿਨ ਰਾਤੇ, ਮੇਰਾ ਕਰਮ ਕੁਟਿਲਤਾ ਜਨਮ ਕਪਾਂਤੇ, ਰਾਮ ਸਈਆ ਜੀ ਕੇ ਜੀਵਨਾ, ਮੋਏ ਨਾਮ ਸਾਰੂ ਮੈਂ ਜਨ ਤੇਰਾ, ਮੇਰੀ ਹਰੋ ਵਿਭਜਨ ਕਰੋ ਸੰਭਾਈ, ਚਰਨਾ ਛਾਡੋ ਸਰੀਰ ਕਰ ਜਾਏ, ਕੌਰਵ ਦਾਸ ਪਰੋ ਤੇਰੀ ਸੰਭਾ, ਬੇਗਮਲੀ ਜੈ ਜਨ ਕਰਮਾ ਬਿਲਾਂਬਾ, ਸੰਗਤ ਜੀਓ, ਜੋ ਵੀ ਮਾਈ ਭਾਈ ਆਪ ਸਾਰੇ ਦਸਾਂ ਪਾਤਸ਼ਾਹਾਂ ਦੀ ਜੋਤ ਸ਼ਬਦਾ ਅਵਤਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋ, ਪਹੁੰਚ ਰਹੇ ਹੋ। ਸਾਰੇ ਕੁਸਵੇਂ ਨੂੰ ਸਫਲਾ ਬਣਾਈਏ, ਬਾਹਰੋਂ ਖਿਆਲਾਂ ਨੂੰ ਰੋਕੀਏ, ਗੁਰੂ ਬਾਬਾ ਜੀ ਦੇ ਵਿਚਾਰ ਨੂੰ ਸਰਵਣ ਕਰਨ ਦੀ ਕੋਸ਼ਿਸ਼ ਕਰੀਏ। ਗੁਰੂ ਜੀ ਸਾਡੇ ਭਲੇ ਵਾਸਤੇ ਸਿੱਖਿਆ ਦਿੰਦੇ ਨੇ, ਹਰ ਇੱਕ ਇਨਸਾਨ ਸੁੱਖ ਦੀ ਦੌੜ ਵਿੱਚ ਭੱਜਿਆ ਹੈ। ਕੋਈ ਇਨਸਾਨ ਕਿਤੇ ਜਾਂਦਾ ਰੋਟੀ ਕਮਾਉਣ ਵਾਸਤੇ, ਕੋਈ ਕਿਤੇ ਜਾਂਦਾ ਹੈ, ਬਲਕਿ ਇਹ ਵੀ ਹੈ ਪਸ਼ੂ ਪੰਛੀ ਵੀ ਸੁੱਖ ਦੀ ਤਲਾਸ਼ ਵਿੱਚ ਘੁੰਮ ਰਹੇ ਨੇ। ਵੀ ਉਹ ਵੀ ਸੋਚਦੇ ਨੇ ਸਾਨੂੰ ਉਹ ਜਗ੍ਹਾ 'ਤੇ ਰਹੀਏ ਜਿੱਥੇ ਜ਼ਿਆਦਾ ਸੁੱਖ ਹੋਵੇ। ਇਨਸਾਨ ਵੀ ਸੋਚਦਾ ਹੈ ਮੈਂ ਉੱਥੇ ਰਹਾਂ ਜਿੱਥੇ ਜ਼ਿਆਦਾ ਸੁੱਖ ਹੋਵੇ।
ਸੁੱਖ ਇਨਸਾਨ ਨੂੰ ਆਪਦੇ ਆਪ ਜੁੜਿਆਂ ਪਰਮਾਤਮਾ ਨਾਲ ਜੁੜਿਆ ਮਿਲਦਾ ਹੈ, ਜਿਸਦਾ ਅੱਖਾਂ ਕਰਕੇ, ਕੰਨਾਂ ਕਰਕੇ, ਜੀਵ ਦੇ ਸਵਾਦ ਕਰਕੇ ਖਿਆਲ ਬਾਹਰ ਭਟਕ ਰਿਹਾ ਹੈ, ਉਹ ਇਨਸਾਨ ਹਮੇਸ਼ਾ ਦੁਖੀ ਰਹਿੰਦਾ ਹੈ। ਸੁਖੀ ਹੋਣ ਕਰ ਵਾਸਤੇ ਅੱਖਾਂ ਕਰਕੇ ਗੁਰੂ ਦੇ ਦੀਦਾਰ, ਕੰਨਾਂ ਕਰਕੇ ਬਾਣੀ ਰਸਨਾ ਕਰਕੇ ਗੁਰੂ ਦੀ ਬਾਣੀ ਦਾ ਜਾਪ ਕਰਨਾ, ਇਸ ਤਰ੍ਹਾਂ ਆਸਤੇ ਆਸਤੇ ਸੱਚੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਮਨ ਸ਼ੁੱਧ ਹੋਣ ਵਾਸਤੇ ਇਹਨੂੰ ਯਤਨ ਕਰਨੇ ਪੈਂਦੇ ਨੇ। ਗੁਰੂ ਘਰ ਆਉਂਦੇ ਹਾਂ, ਕੋਈ ਬਰਤਨ ਮਾਂਜਦਾ ਹੈ, ਕੋਈ ਜੋੜੇ ਸਾਫ ਕਰਦਾ ਹੈ, ਕੋਈ ਨਿਤਨੇਮ ਕਰਦਾ ਹੈ, ਕੋਈ ਬਾਣੀ ਦੇ, ਕੋਈ ਕੁਛ। ਪਰ ਇਹ ਹੈ, ਜਿਹਨੇ ਆਪਦਾ ਮਨ ਨਾ ਬਦਲਿਆ ਉਹਨੇ ਕੁਛ ਵੀ ਨਾ ਬਦਲਿਆ। ਬਾਣੀ ਨਾ ਪੋਚੇ ਲਾਏ ਜਾਣੇ ਜੀਵ ਨਾਲ, ਕਿਆ ਵਾਹਿਗੁਰੂ ਵਾਹਿਗੁਰੂ ਕਹੀ ਜਾਣਾ, ਮਨ ਦੀ ਤਬਦੀਲੀ ਸੰਗਤ ਤੋਂ ਬਗੈਰ ਨਹੀਂ ਹੁੰਦੀ। ਤਾਂ ਕਰਕੇ ਗੁਰੂ ਜੀ ਕਹਿੰਦੇ, ਭਾਈ ਮਨ ਨੂੰ ਗੁਰੂ ਦੇ ਨਾਲ ਜੋੜਨਾ ਕਰੋ, ਉਹ ਜਿਹੜੇ ਸਭ ਤੋਂ ਵਧੀਆ ਖਿਆਲ ਨੇ, ਸੁਨਹਿਰੀ ਅਸੂਲ, ਉਹਨਾਂ ਦੀ ਗੁਰਬਾਣੀ ਰਾਹੀਂ, ਸਤਸੰਗ ਰਾਹੀਂ ਸੇਧ ਲੈ ਕੇ ਮਨ ਨੂੰ ਸ਼ਾਂਤ ਕਰੋ। ਉਹ ਸੁਨਹਿਰੀ ਸੁੱਖ ਕਿਹੜੇ ਨੇ? ਪਹਿਲਾਂ ਮਨ ਦੀ ਇਕਾਗਰਤਾ, ਫਿਰ ਸ਼ਰਧਾ, ਫਿਰ ਨਿਰਵਾਣਤਾ। ਜਿਸ ਇਨਸਾਨ ਨੂੰ ਇਕੱਲੇ ਰਹਿਣ ਦੀ ਇੱਛਾ ਹੋਵੇ, ਇਕਾਗਰਤਾ ਪੈਦਾ ਹੁੰਦੀ ਹੈ। ਜਦੋਂ ਇਕਾਗਰਤਾ ਪੈਦਾ ਹੋਵੇਗੀ, ਉਸ ਤੋਂ ਬਾਅਦ ਮਹਿਸੂਸ ਹੁੰਦਾ ਵੀ ਗੁਰੂ ਨਾਲ ਸ਼ਰਧਾ ਕਿਵੇਂ ਕਰੀਂਦੀ ਹੈ, ਪ੍ਰੇਮ ਕਿਵੇਂ ਕਰੀਂਦਾ ਹੈ। ਕਿਉਂਕਿ ਜਿਸ ਇਨਸਾਨ ਨੇ ਆਪਦੇ ਜੀਵਨ 'ਚ ਗੁਰੂ ਦੇ ਪਿਆਰ 'ਚ ਕਦੇ ਅੱਖਾਂ 'ਚ ਉਦੋਂ ਆਸੂ ਨਹੀਂ ਆਏ, ਅੱਖਾਂ ਦੇ ਵਿੱਚ ਉਦੋਂ ਹਿੰਝੂ ਨਹੀਂ ਆਏ, ਅਸੀਂ ਦੁਨੀਆ ਦੇ ਪਦਾਰਥਾਂ ਪਿੱਛੇ ਰੋਂਦੇ ਰਹੇ, ਮੇਰਾ ਉਹ ਮਰ ਗਿਆ, ਉਹ ਗਵਾਚ ਗਿਆ, ਮੈਨੂੰ ਘਾਟੇ ਪੈ ਗਏ, ਉਹ ਚੀਜ਼ਾਂ 'ਤੇ ਰੋਂਦੇ ਰਹੇ। ਪਰ ਗੁਰੂ ਨੇ ਜਿਹਨੇ ਸਭ ਕੁਝ ਦਿੱਤਾ, ਉਹਦੇ ਵਾਸਤੇ ਕਦੇ ਵਿਰਾਗ ਨਾ ਪੈਦਾ ਹੋਇਆ। ਨਾ ਵਿਰਾਗ ਪੈਦਾ ਹੋਣ ਕਰਕੇ ਮਨ ਪੱਥਰ ਬਣਿਆ ਹੋਇਆ ਹੈ। ਪੱਥਰ ਨੂੰ ਪਿਘਲਾਉਣ ਵਾਸਤੇ ਪ੍ਰੇਮ ਹੈ। ਬੱਜਰ ਕਪਾਟ ਨਾ ਖੁੱਲ੍ਹਣੀ ਗੁਰ ਸ਼ਬਦ ਕਲੀਜਾ, ਇਹਨੂੰ ਖੋਲ੍ਹਣ ਵਾਸਤੇ ਜਦੋਂ ਪ੍ਰੇਮ ਬਣੇਗਾ, ਤੁਸੀਂ ਭਾਵੇਂ ਆਪਦੇ ਘਰ ਬੈਠੇ ਹੋ, ਭਾਵੇਂ ਆਪਦੀ ਰਸੋਈ 'ਚੋਂ, ਭਾਵੇਂ ਤੁਸੀਂ ਕਿਤੇ ਸੇਵਾ ਕਰ ਰਹੇ ਹੋ, ਭਾਵੇਂ ਦਫ਼ਤਰ 'ਚੋਂ, ਤੁਹਾਨੂੰ ਇਹ ਮਹਿਸੂਸ ਹੋਵੇਗਾ, ਮੈਂ ਤਾਂ ਗੁਰੂ ਦੇ ਚਰਨਾਂ 'ਚ ਬੈਠਾ। ਕਿਉਂਕਿ ਮਨ ਪਿਘਲ ਚੁੱਕਿਆ, ਪਿਘਲੇ ਮਨ ਦੇ ਲੱਛਣ ਹੋਰ ਨੇ। ਸੋ ਇਸੇ ਤਰ੍ਹਾਂ ਹੀ ਸੁੱਖ ਹੈ ਜਿਹੜਾ, ਇਹਦਾ ਆਪਦੇ ਆਪ ਜੁੜਿਆ ਅਤੇ ਅਸੀਂ ਪਰਮਾਤਮਾ ਵੰਨੇ ਜੁੜਾਂਗੇ ਤਾਂ ਉਦੋਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ, ਬਾਲੀ ਰੋਵੇ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਿਣ ਜਾਏ, ਅਵਰੀ ਕਰਮ ਨਾ ਲੇਖੇ ਲਾਏ। ਸੰਸਾਰ ਦੇ ਵਿੱਚ ਜੋ ਵੀ ਸਰੀਰ ਧਾਰ ਕੇ ਆਇਆ, ਗੁਰੂ ਜਨ ਵੀ ਮਹਾਂਪੁਰਸ਼ ਤੱਤਵੇ ਤੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬੰਦਗੀ ਕੀਤੀ, ਕੋਈ ਨਾ ਕੋਈ ਦੁੱਖ, ਕੋਈ ਨਾ ਕੋਈ ਕਸ਼ਟ ਉਹਨਾਂ ਦੇ ਸਰੀਰਾਂ 'ਤੇ ਵੀ ਬਣਿਆ ਹੈ।
ਜੋ ਵੀ ਸਰੀਰ ਧਾਰ ਕੇ ਆਇਆ ਉਹਨੂੰ ਦੁੱਖ ਕੋਈ ਨਾ ਕੋਈ ਹੁੰਦਾ ਹੈ। ਪਰ ਇਹ ਹੈ ਜਿਹੜੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਨੇ ਉਹਨਾਂ ਦੀ ਆਤਮਾ ਦੇ ਵਿੱਚ ਅਸਥਿਤੀ ਹੋਣ ਕਰਕੇ ਉਹਨਾਂ ਨੂੰ ਸਰੀਰ ਦੇ ਦੁੱਖ ਨਹੀਂ ਭਾਸਦੇ, ਤਾਂ ਕਰਕੇ ਉਹ ਅਵਸਥਾ ਪ੍ਰਾਪਤ ਹੁੰਦੀ ਹੈ ਵੀ ਜਿਵੇਂ ਕਹਿੰਦੇ ਨੇ ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਹ ਪਾਈ ਹੈ ਉਹ ਜੁਗਤੀ ਪਾਉਣ ਵਾਸਤੇ ਇਹਨੂੰ ਸਤਸੰਗਤ ਦੀ ਜ਼ਰੂਰਤ ਹੈ। ਧੰਨ ਗੁਰੂ ਜੀ, ਗੁਰੂ ਨਾਨਕ ਦੇਵ ਮਹਾਰਾਜ ਇਉਂ ਫਰਮਾਨ ਕਰਦੇ ਨੇ। ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ, ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ, ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ, ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ। ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ, ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ। ਦੁਖੀਆ ਸਭ ਸੰਸਾਰ, ਨਾਨਕ 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 ਦੁਖੀਆ ਸਭ ਸੰਸਾਰ, ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ, ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ, ਨਾਨਕ ਦੁਖੀਆ ਸਭ ਸੰਸਾਰ। ਦੁੱਖ ਸੰਸਾਰ ਦੇ ਵਿੱਚ ਬਣੇ ਨੇ। ਦੁੱਖਾਂ ਨੂੰ ਕਿਸੇ ਦੀ ਖਿਆਲ ਹੈ ਵੀ ਮੈਂ ਸੁਖੀ ਹੋ ਜਾਵਾਂ, ਇਹ ਬੱਚੇ ਵਾਲੀ ਬਿਰਤੀ ਹੈ। ਦੁੱਖ ਜਿਹੜੇ ਨੇ, ਜਿਹੋ ਜਿਹੇ ਨੇ ਕਰਮ ਕੀਤੇ ਨੇ, ਕਰਮ ਅਨੁਸਾਰ ਇਹਨੂੰ ਦੁੱਖ ਸੁੱਖ ਆਉਂਦੇ ਨੇ। ਕਦੇ ਕਿਸੇ ਟਾਈਮ ਸੁੱਖ ਵੀ ਹੁੰਦੇ ਨੇ, ਸੁੱਖ ਵੀ ਸਦੀਵੀ ਨਹੀਂ ਰਹਿੰਦੇ। ਕਦੇ ਦੁੱਖ ਵੀ ਆਉਂਦੇ ਨੇ, ਦੁੱਖ ਵੀ ਸਦੀਵੀ ਨਹੀਂ ਰਹਿੰਦੇ। ਅਤੇ ਇਹਨਾਂ ਦਾ ਸਮਾਂ
ਜੇ ਇਨਸਾਨ ਜਿਹੋ ਜਿਹੇ ਬੀਜ ਦਾ ਕਰਮ ਉਹ ਵੱਢਦਾ ਹੈ, ਮਾੜੇ ਬੀਜਦਾ ਤਾਂ ਮਾੜੇ ਵੱਢਦਾ ਹੈ। ਜੇ ਅਸੀਂ ਕਿਸੇ ਨੂੰ ਰੁਆਇਆ ਤਾਂ ਅਸੀਂ ਵੀ ਰੋਂਦੇ ਹਾਂ। ਜੇ ਅਸੀਂ ਕਿਸੇ ਨੂੰ ਤਕਲੀਫ ਦਿੱਤੀ ਹੈ ਉਹ ਸਾਨੂੰ ਵੀ ਤਕਲੀਫ ਮਿਲਦੀ ਹੈ। ਤਾਂ ਕਰਕੇ ਇਹ ਕਰਮਾਂ ਦੀ ਗਤੀ ਹੈ। ਇਹਦੇ ਵਿੱਚ ਜਿਹੜਾ ਸੁੱਖਾਂ ਦਾ ਵਾਧਾ ਹੁੰਦਾ ਹੈ ਪੁੰਨ ਕਰਮਾਂ ਅਨੁਸਾਰ। ਪੁੰਨ ਕਰਮ ਕੀ ਨੇ? ਬੁਰੇ ਖਿਆਲਾਂ ਤਿਆਗਦੇ ਜਾਣਾ, ਸਭ ਖਿਆਲਾਂ ਦੀ ਜਿਹੜਾ ਹੈ ਹਰ ਵਕਤ ਖਿਆਲ ਰੱਖ ਕੇ ਉਹਨਾਂ ਨੂੰ ਜੋੜੀ ਜਾਣਾ। ਜਿਉਂ ਜਿਉਂ ਅਸੀਂ ਕਈ ਇਨਸਾਨਾਂ ਦਾ ਖਿਆਲ ਹੁੰਦਾ ਹੈ ਵੀ ਜੀ ਅਸੀਂ ਤਾਂ ਹੁਣ ਬਹੁਤ ਵੱਡੇ ਹਾਂ, ਅਸੀਂ ਬਾਣੀ ਪੜ੍ਹਦੇ ਹਾਂ। ਕਈਆਂ ਦਾ ਖਿਆਲ ਹੁੰਦਾ ਮੈਂ ਹੁਣ ਅੰਮ੍ਰਿਤਪਾਨ ਕਰ ਲਿਆ ਬਹੁਤ ਵੱਡਾ। ਪਰ ਜਿਹੜੀ ਗੱਲ ਮਨ ਨੂੰ ਮਹਿਸੂਸ ਹੋ ਰਹੀ ਹੈ ਉਹ ਤੁਹਾਡਾ ਹੰਕਾਰ ਹੈ। ਜਿਹੜਾ ਗੁਰੂ ਨੂੰ ਸਮਰਪਿਤ ਕਰ ਦਿੱਤਾ ਉਹ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ। ਸੋ ਤਾਂ ਕਰਕੇ ਜਦੋਂ ਅਸੀਂ ਕਿਸੇ ਸਕੂਲ ਕਾਲਜ 'ਚ ਜਾਂਦੇ ਹਾਂ, ਕਾਲਜ ਦੀ ਪੜ੍ਹਾਈ ਹੁੰਦੀ ਹੈ, ਉਹ ਪੜ੍ਹਨੀ ਪੈਂਦੀ ਹੈ। ਕਿਸੇ ਦਾ ਪਹਿਲਾ ਸਾਲ ਹੈ, ਕਿਸੇ ਦਾ ਦੂਜਾ ਸਾਲ ਹੈ। ਜੇ ਅਸੀਂ ਵੀ ਕੋਈ ਰੂਹਾਨੀਅਤ ਪੱਖ 'ਤੇ ਚੱਲੇ ਹਾਂ, ਰੂਹਾਨੀਅਤ ਪੱਖ 'ਤੇ ਵੀ ਜਾ ਕੇ ਇਹਨੂੰ ਸ਼ੁਭ ਕਰਮ ਕਰਨੇ ਪੈਂਦੇ ਨੇ। ਇਹ ਨਹੀਂ ਹੈ ਵੀ ਤੁਸੀਂ ਸਾਧੂ ਸੰਤ ਬਣ ਗਏ, ਇਹ ਨਹੀਂ ਹੈ ਵੀ ਤੁਸੀਂ ਚੰਗਾ ਸਾਰਾ ਠਾਠ ਬਾਠ ਸਿੱਖ ਗਏ। ਪਰ ਇੱਥੇ ਜਿਹੜਾ ਹੈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ, ਪ੍ਰੇਮ ਦੀ ਕੀਮਤ ਪੈਂਦੀ ਹੈ। ਸੋ ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਪ੍ਰਮਾਣ ਕਰਦੇ ਨੇ, ਕਹਿੰਦੇ ਇਹੋ ਜਿਹੇ ਵਾਹਿਗੁਰੂ ਪਰਮੇਸ਼ੁਰ ਦੀ ਸ਼ਰਨ ਦੇ ਵਿੱਚ ਜੀਵ ਨੂੰ ਜਾਣਾ ਚਾਹੀਦਾ ਹੈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੈ ਸਿਮਰਤ ਗਣਕਾ ਸੀ ਉਦਰੀ ਤਾਕੋ ਜਰਸ ਧਾਰਿਓ, ਅਟਲ ਪਿਓ ਤਰੋਂ ਜਾ ਕੇ ਸਿਮਨ ਔਰ ਨਿਰਪੈ ਪਦ ਪਾਇਆ, ਦੁੱਖ ਹਰਤਾ ਵਿਤ ਕੋ ਸਵਾਮੀ ਤੈਂ ਕਾਹੇ ਵਿਸਰਾਇਆ। ਸੋ ਦੁੱਖਾਂ ਨੂੰ ਹਰਨ ਵਾਲਾ ਉਹ ਵਾਹਿਗੁਰੂ, ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਵੀ ਉਹ, ਜਿਹੜੇ ਦੁੱਖ ਸੁੱਖ ਬਣਾਏ ਨੇ ਤੂੰ ਵੀ ਉਹਦੀ ਸ਼ਰਨ ਵਿੱਚ ਵਗ ਜਾ, ਤਮਾਮ ਦੁੱਖਾਂ ਦੀ ਨਿਵਿਰਤੀ ਹੋ ਜਾਵੇਗੀ। ਸੋ ਧਿਆਨ ਦਿਓ, ਜਿਹੜੇ ਬੱਚੇ ਤੁਸੀਂ ਖੁੱਲ੍ਹੇ ਛੱਡੇ ਨੇ ਤੁਸੀਂ ਵੀ ਇਹ ਦੇਖੋ ਵੀ ਰੂਹਾਨੀਅਤ ਪੱਖ ਹੈ। ਜਿੱਥੇ ਇਨਸਾਨ ਦੀ ਵਿਰਤੀ ਜੁੜ ਜਾਵੇ ਉਹ ਸੱਚਖੰਡ ਦਾ ਵਾਸੀ ਹੁੰਦਾ, ਜੇ ਕਿਤੇ ਉਸ ਤੋਂ ਵੀ ਅੱਗੇ ਵਿਰਤੀ ਵਗ ਜਾਵੇ ਉਹ ਵੈਕੁੰਠ ਧਾਮ ਦਾ ਵਾਸੀ ਹੁੰਦਾ। ਜੇ ਇੱਕ ਬੱਚਾ ਛੱਡ ਕੇ ਤੁਸੀਂ ਇਹ ਸੋਚੋ ਵੀ ਸਾਡੀ ਸਿਆਣਪ ਹੈ, ਐਡੇ ਬੜੇ ਪੜ੍ਹੇ ਲਿਖੇ ਮੁਲਕ 'ਚ ਆ ਕੇ ਵੀ ਇੱਦੋਂ ਵੱਡੀ ਤਾਂ ਕੋਈ ਗੱਲ ਨਹੀਂ ਨਾ ਹੋਈ, ਫਿਰ ਇੱਥੋਂ ਕੌਣ ਸਮਝਾਵੇਗਾ ਅੱਗੇ ਗਿਆ ਨੂੰ? ਇੰਡੀਆ 'ਚ ਤਾਂ ਅਸੀਂ ਸੋਚਦੇ ਵੀ ਕਾਂਬਲੇ ਬੰਦੇ ਰਹਿੰਦੇ ਨੇ, ਇੱਧਰ ਨੂੰ ਆ ਰਹੇ ਨੇ ਸਿਆਣੇ। ਤਾਂ ਕਰਕੇ ਇੱਥੇ ਵੀ ਜੇ ਅਸੀਂ ਗੁਰੂ ਮਹਾਰਾਜ ਦੀ ਇਸ ਸੋਭਾ ਨੂੰ ਵਧਾਇਆ ਨਾ ਤਾਂ ਸਾਡੀ ਇਹ ਜਿਹੜੀ ਹੈ ਇੱਥੋਂ ਬੁੱਧੀ ਦਾ ਪਤਾ ਲੱਗਦਾ। ਧਿਆਨ ਦੇ ਨਾਲ ਇਸ ਸਤਸੰਗ ਦਾ, ਗੁਰੂ ਮਹਾਰਾਜ ਦੀ ਜੋ ਸਤਸੰਗ ਦੀ ਕੀਮਤ ਜਾਣਨੀ ਚਾਹੀਦੀ ਹੈ ਕਿ ਸਤਸੰਗ ਬਾਰੇ ਤਾਂ ਇਹ ਦੱਸਦੇ ਨੇ, ਕਹਿੰਦੇ ਸਤਸੰਗ ਨੂੰ ਇਸ ਤਰ੍ਹਾਂ ਸੁਣੋ ਜਿਵੇਂ ਤੁਹਾਡਾ ਬਹੁਤ ਵੱਡਾ ਵਿਰੋਧੀ ਕੋਈ ਨਿੰਦਿਆ ਕਰਦਾ ਹੋਵੇ, ਉਹਦੇ 'ਚ ਅਸੀਂ ਸਾਰੇ ਵੰਡਿਆਂ ਨੂੰ ਧਿਆਨ ਦੇ ਕੇ ਉੱਧਰ ਸੁਣਦੇ ਹੁੰਦੇ ਹਾਂ। ਸਤਸੰਗ ਤਾਂ ਹਿਰਦੇ ਵਿੱਚ ਘਰ ਕਰਦਾ ਹੁੰਦਾ ਹੈ। ਸੋ ਇਸ ਤਰ੍ਹਾਂ ਨਹੀਂ ਇਹ ਪੋਲੇ ਪਤਲੇ ਨਾ ਵੀ ਢੂਹ ਲਾ ਕੇ ਬਹਿ ਜਾਓ, ਕਿਸੇ ਨਾਲ ਗੱਲ ਕਰੀ ਜਾਓ, ਇੱਦੋਂ ਟਾਈਮ ਘੱਟ ਸੁਣ ਲਓ, ਸੁਣੋ ਧਿਆਨ ਦੇ ਨਾਲ। ਗੁਰੂ ਜੀ ਤੇਗ ਬਹਾਦਰ ਮਹਾਰਾਜ ਇਉਂ ਫਰਮਾਨ ਕਰਦੇ ਨੇ, ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ
ਸ਼ਰਨ ਵਿਚਾਰੋ ਮਨ ਰੇ ਪ੍ਰਵਕੀ ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ ਚਾਦਰ ਜਿਨ੍ਹਾਂ ਦੀ ਬਦੌਲਤ ਸੀਸਗੰਜ ਗੁਰਦੁਆਰਾ ਉਸ 'ਤੇ ਆਪ ਜੀ ਨੇ ਹਿੰਦ ਨੂੰ ਬਚਾਉਣ ਵਾਸਤੇ ਆਪਣਾ ਸੀਸ ਦਾ ਬਲੀਦਾਨ ਦਿੱਤਾ ਸੋ ਉਹਨਾਂ ਦੀ ਬਾਣੀ ਵਿਰਾਗਮਈ ਹੈ। ਵਿਰਾਗ ਇੱਕ ਇਹੋ ਜਿਹੀ ਚੀਜ਼ ਹੈ ਜਿਸ ਨੂੰ ਕਿਤੇ ਵਿਰਾਗ ਹੋ ਜਾਵੇ ਇਸ ਨੂੰ ਕੁਛ ਘੜੀਆਂ ਕਹਿੰਦੇ 100 ਸਾਲ ਦੀ ਤਪੱਸਿਆ ਨਾਲੋਂ ਜ਼ਿਆਦਾ ਮਨ ਦੀ ਸਫਾਈ ਹੋ ਜਾਂਦੀ ਹੈ। ਵਿਰਾਗ ਇਹੋ ਜਿਹੀ ਚੀਜ਼ ਹੈ, ਵਿਰਾਗ ਤੋਂ ਬਗੈਰ ਮਨ ਤੋਂ ਮਾਇਆ ਨਹੀਂ ਲੈਂਦੀ। ਨਾ ਮੈਂ ਧਿਆਨ ਯੋਗ ਚਿੱਤ ਲਾਇਆ ਬਿਨ ਵੈਰਾਗ ਨਾ ਝੂਟ ਸਮਾਇਆ। ਮਨ ਹੈ ਜਿਹੜਾ ਮਾਇਆ ਦੇ ਵਿੱਚ ਉਲਝਿਆ ਹੋਇਆ ਹੈ, ਇਹਨੂੰ ਮਾਇਆ ਕਰਕੇ ਜਿਵੇਂ ਕੋਈ ਇਨਸਾਨ
ਕਾਲੇ ਚਸ਼ਮੇ ਲਾਉਂਦਾ ਹੈ, ਐਨਕ ਲਾਉਂਦਾ ਹੈ, ਉਹਨੂੰ ਕਾਲਾ ਨਜ਼ਰ ਆਉਂਦਾ ਹੈ। ਜੇ ਕੋਈ ਹਰਾ ਹੀ ਐਨਕ ਲਾਉਂਦਾ ਉਹਨੂੰ ਹਰਾ ਦਿਸਦਾ ਹੈ। ਜਿਹੋ ਜਿਹੇ ਮਨ ਦੇ ਖਿਆਲ ਵੈਸੇ ਹੀ ਇਨਸਾਨ ਦੀ ਸੋਚਣੀ ਹੁੰਦੀ ਹੈ, ਵੈਸਾ ਹੀ ਉਹਨੂੰ ਸੰਸਾਰ ਭਾਸਦਾ ਹੈ। ਪਰ ਜਿਨ੍ਹਾਂ ਦਾ ਰੱਬ ਦੇ ਨਾਲ ਸੱਚਾ ਪਿਆਰ ਪੈਂਦਾ ਉਹ ਵਿਰਾਗੀ ਪੁਰਸ਼ਾਂ ਦਾ ਪੈਂਦਾ ਹੈ। ਸਤਸੰਗ ਦੇ ਦੁਆਰਾ ਵਿਰਾਗ ਪੈਦਾ ਹੁੰਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇਸ ਸ਼ਬਦ ਦੇ ਵਿੱਚ ਗੁਰੂ ਦੀ ਸ਼ਰਨ ਦੀ ਵਾਪ ਦੱਸਦੇ ਨੇ ਵੀ ਗਣਕਾ ਨੇ, 5 ਸਾਲ ਦੇ ਬੱਚੇ ਨੇ, ਧਰੂ ਨੇ, ਗਜ ਨੇ ਅਤੇ ਅਜਾਮਲ ਨੇ ਪਰਮਾਤਮਾ ਦੀ ਸ਼ਰਨ ਲਈ। ਉੱਥੇ ਉਮਰ ਦਾ ਵੀ ਕੋਈ ਇਤਿਕਾਦ ਨਹੀਂ ਹੈ ਵੀ ਇਹ ਛੋਟ ਸਿਆਣਾ ਬੰਦਾ ਹੋਵੇ। ਦੁਨੀਆਂ ਦੇ ਜਿੰਨੇ ਵੀ ਰੈਂਕ ਮਿਲਦੇ ਨੇ, ਵਿਆਹ ਸ਼ਾਦੀ ਹੁੰਦੀ ਹੈ, ਉਮਰ ਮੁਤਾਬਕ ਹੁੰਦੀ ਹੈ। ਕੋਈ ਇਨਸਾਨ ਤੁਸੀਂ ਗੱਡੀ ਦਾ ਲਾਇਸੈਂਸ ਲੈਣਾ, ਉਹ ਵੀ ਤੁਹਾਨੂੰ ਉਮਰ ਮੁਤਾਬਕ ਮਿਲੇਗਾ। ਪਰ ਇਹ ਗੁਰੂ ਨਾਨਕ ਦੇ ਦਰ ਦਾ ਰਸਤਾ ਹੈ ਵੀ ਜਿਸ ਨੇ ਵੀ ਬੱਚੇ ਨੇ ਪ੍ਰੇਮ ਕੀਤਾ ਉਹਨੂੰ ਉਹ ਪਰਮਾਤਮਾ ਆਪ ਮਿਲਿਆ ਹੈ। ਸੋ ਇੱਧਰ ਗਣਕਾ ਦੀ ਉਦਾਹਰਨ, ਗਣਕਾ ਦਾ ਇਹੋ ਜਿਹਾ ਜੀਵਨ, ਰੋਜ਼ ਪਾਪ ਕਮਾਉਂਦੀ, ਉਸਨੇ ਵੀ ਜਦੋਂ ਅੰਤ ਸਮੇਂ ਜਦੋਂ ਉਸ ਦੀ ਮ੍ਰਿਤਿਉ ਹੋਈ, ਉਸ ਵੇਲੇ ਉਹਨੇ ਪਰਮਾਤਮਾ ਨੂੰ ਧਿਆਇਆ, ਉਸ ਵੇਲੇ ਉਹਦਾ ਉਧਾਰ ਹੋ ਗਿਆ। ਕਿਉਂਕਿ ਗੁਰਬਾਣੀ ਕਹਿੰਦੀ ਹੈ, ਅੰਤਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਲੋਚਨ ਤੇ ਨਰਮੁਕਤਾ ਪਿਤੰਬਰ ਵਾਕੇ ਹਿਰਦੇ ਵਸੈ। ਜਿੰਨੇ ਵੀ ਮਹਾਂਪੁਰਸ਼ ਸਤਿਪੁਰਸ਼, ਗੁਰਬਾਣੀ ਸਾਨੂੰ ਇਹੀ ਸਮਝਾਉਂਦੀ ਹੈ ਵੀ ਆਪਣੇ ਜੀਵਨ 'ਚ ਸਿਮਰਨ ਕਰਨ ਲੱਗ ਜਾਈਏ, ਭਾਵੇਂ 15 ਮਿੰਟ ਬੈਠੀਏ। ਗੁਰੂ ਦਾ ਧਿਆਨ ਕਰਨਾ ਅਵਸ ਹੁੰਦਾ ਹੈ। ਗੁਰ ਕੀ ਮੂਰਤ ਹਿਰਦੇ ਵਸਾਏ, ਜੋ ਇੱਛਾ ਸੋਈ ਫਲ ਪਾਏ। ਗੁਰੂ ਨੂੰ ਧਿਆਨ 'ਚ ਲੈ ਕੇ ਗੁਰੂ ਦਾ ਧਿਆਨ ਕੀਤਾ ਜਾਂਦਾ ਹੈ, ਸ਼ਬਦ ਦਾ ਰਟਨ ਕੀਤਾ ਜਾਂਦਾ ਹੈ, ਗੁਰੂ 'ਤੇ ਭਾਵਨਾ ਰੱਖਣੀ ਪੈਂਦੀ ਹੈ। ਤਿੰਨੇ ਚੀਜ਼ਾਂ ਇਕੱਠੀਆਂ ਲੈ ਕੇ ਆਸਤੇ ਆਸਤੇ ਮਨ ਜਿਹੜਾ ਹੈ, ਜਿਸ ਨੂੰ ਧਿਆਉਂਦਾ ਉਹਦਾ ਚਿੰਤਨ ਕਰਦਾ, ਉਹਦਾ ਰੂਪ ਹੁੰਦਾ ਹੈ। ਕਿਉਂਕਿ ਕਬੀਰ, ਮਨ ਪੰਖੀ ਪਿਆ ਉੱਡ ਉੱਡਦੇ ਦਿਸ ਜਾਏ, ਜੋ ਜੈਸੀ ਸੰਗਤ ਕਰੇ ਤੈਸੋ ਹੀ ਫਲ। ਉਸ ਨੂੰ ਉਹੀ ਚੀਜ਼ ਪ੍ਰਾਪਤੀ ਹੁੰਦੀ ਹੈ, ਮਨ ਦਾ ਸੁਭਾਅ ਹੈ। ਅਸੀਂ ਜਿਸ ਚੀਜ਼ ਨੂੰ ਚਿੰਤਨ ਕਰਾਂਗੇ, ਉਹੋ ਜਿਹੇ ਸੁਪਨੇ, ਉਹੋ ਜਿਹਾ ਹੀ ਸਾਰਾ ਕੁਛ ਹੁੰਦਾ ਹੈ। ਗੁਰੂ ਨੂੰ ਅਸੀਂ ਰੋਜ਼ ਧਿਆਉਣ ਲੱਗ ਜਾਈਏ, ਜਿੱਥੇ ਅਸੀਂ ਬਾਣੀ ਪੜ੍ਹਦੇ ਹਾਂ। ਬਾਣੀ ਪੜ੍ਹਨੀ ਬਹੁਤ ਵਧੀਆ ਹੈ, ਉਸ ਤੋਂ ਵੀ ਚੰਗਾ ਬਾਣੀ ਵਿਚਾਰ ਕੇ ਪੜ੍ਹੀ ਜਾਵੇ। ਬਾਣੀ ਦੇ ਵਿੱਚ ਮਨ ਨੂੰ ਭਿਉਣ ਵਾਸਤੇ ਜਿਉਂ ਜਿਉਂ ਪ੍ਰੇਮ ਉਪਜਦਾ ਹੈ, ਤਿਉਂ ਤੋਂ ਉਹ ਵਚਨ ਸਮਝ ਆਉਂਦੇ ਨੇ। ਫਿਰ ਇਨਸਾਨ ਦਾ ਹਿਰਦਾ ਜਾਗਦਾ, ਫਿਰ ਇਹ ਸੋਚਦਾ ਕਿਉਂ ਨਾ ਜਾਗੇ ਮਨ ਦੇ ਨਾਲ, ਮੈਂ ਉਹਦੀ ਬੰਦਗੀ ਕਰਾਂ, ਸਿਮਰਨ ਕਰਾਂ। ਫਿਰ ਉਹ ਸਿਮਰਨ 'ਤੇ ਆਉਂਦਾ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਉਹ ਪਰਮਾਤਮਾ ਦਾ ਸਿਮਰਨ ਦੇ ਵਿੱਚ ਕੋਈ ਇਨਸਾਨ 15 ਮਿੰਟ ਤੋਂ ਸੁਭਾਅ ਪਾਏ ਜਾਂਦੇ ਨੇ, ਜਿਹਨੂੰ ਨਹੀਂ ਸੁਭਾਅ ਪਿਆ ਹੋਇਆ ਸਿਮਰਨ ਕਰਨ ਦਾ। ਸਿੱਧੇ ਬੈਠ ਕੇ ਉਹਨੂੰ ਸੁੱਤੇ ਆਸਣ ਕਿਹਾ ਜਾਂਦਾ, ਜਿਵੇਂ ਆਪਾਂ ਬੈਠੇ ਹਾਂ। ਇਹਦੇ ਵਿੱਚ ਲੀੜ ਦੀ ਹੱਡੀ ਸਿੱਧੀ ਚਾਹੀਦੀ ਹੈ, ਗਲ ਬਿਲਕੁਲ ਸਿੱਧਾ ਚਾਹੀਦਾ ਹੈ। ਜਦੋਂ ਅਸੀਂ ਇਸ ਤਰ੍ਹਾਂ ਕਰਕੇ
ਅੱਖਾਂ ਦੇ ਵਿੱਚ ਗੁਰੂ ਦਾ ਧਿਆਨ ਜੀਵਾ ਕਰਕੇ ਉਸ ਨੂੰ ਜਪਣਾ, ਆਸਤੇ ਆਸਤੇ ਜੀਵ ਨੂੰ ਰੋਕ ਲੈਣਾ, ਰੋਕਦੇ ਰੋਕਦੇ ਉਹਨੂੰ ਕੰਠ ਵਿੱਚ ਵਿਰਤੀ ਲੈ ਕੇ ਜਾਣੀ। ਕੰਠ 'ਤੇ ਜਦੋਂ ਇਹਦੀ ਪ੍ਰੈਕਟਿਸ ਸਹੀ ਤਰੀਕੇ ਨਾਲ ਚੱਲ ਪਵੇ, ਜਿਵੇਂ ਬੱਚਾ ਦੁੱਧ ਚੁੰਘਦਾ ਹੁੰਦਾ, ਘੰਡੀ ਉੱਥੇ ਕੰਮ ਕਰੇਗੀ, ਇਕੱਲਾ ਸੁਰਤ ਉੱਥੇ ਰੁਕ ਜਾਵੇਗੀ ਅਤੇ ਇਹ ਸਰੀਰ ਜੜਤਾ ਮਹਿਸੂਸ ਹੋਵੇਗੀ। ਉਸ ਤੋਂ ਬਾਅਦ ਜਦੋਂ ਇਹ ਬਿਰਤੀ ਪਰਪੱਕ ਹੋ ਜਾਵੇ, ਫਿਰ ਹਿਰਦੇ ਚੱਕਰ ਦੇ ਵਿੱਚ ਬਿਰਤੀ ਜਾਂਦੀ ਹੈ, ਛਾਤੀ ਦੇ ਵਿਚਕਾਰ। ਇਹਨੂੰ ਜਦੋਂ ਇੱਥੇ ਬਿਰਤੀ ਦਾ ਸਾਧਨ ਕਰਦਾ ਹੈ, ਸਿਮਰਨ ਦਾ, ਆਸਤੇ ਆਸਤੇ ਮਨ ਜੁੜਦਾ ਹੈ। ਪਹਿਲਾਂ ਪਹਿਲਾਂ ਨਹੀਂ ਮਨ ਜੁੜਦਾ, ਉਸ ਮਿਹਨਤ ਦੇ ਨਾਲ ਵਾਰ ਵਾਰ ਕਰਿਆ ਉਹ ਜੁੜਦਾ ਹੈ। ਇਹਦੀ ਕਪਸ਼ਟੀ ਹੁੰਦੀ ਹੈ 5 ਮਿੰਟ ਜਾਂ 10 ਮਿੰਟ। ਆਸਤੇ ਆਸਤੇ ਜੇ ਕਿਤੇ 15 ਮਿੰਟ ਆਪਦੇ ਸਾਧਨ ਸਰੀਰ ਨੂੰ ਲੈ ਕੇ ਸਿੱਧਾ ਬਹਿੰਦਾ, ਉਹ ਸਾਧਨ ਇਹਦਾ ਮਨ ਨੂੰ ਰੋਕਣ ਦੇ ਵਿੱਚ ਸਹਾਈ ਹੁੰਦਾ ਹੈ। ਜਿਸ ਇਨਸਾਨ ਦਾ ਸਰੀਰ ਨਹੀਂ ਰੁਕਦਾ, ਉਸ ਇਨਸਾਨ ਦਾ ਮਨ ਵੀ ਨਹੀਂ ਰੁਕਿਆ ਕਰਦਾ। ਮਨ ਨੂੰ ਰੋਕਣ ਵਾਸਤੇ ਪਹਿਲਾਂ ਸਰੀਰ ਨੂੰ ਸੋਧਣਾ ਹੈ। ਸਰੀਰ ਦੀ ਸਾਧਨਾ ਇਹਦੇ 5 ਤੱਤਾਂ ਦੀ ਸੂਖਸਮ ਬਨਾਵਟ ਮਨ ਦੱਸਿਆ। ਮਨ ਨੂੰ ਜਦੋਂ ਕਾਬੂ ਕਰਨਾ ਤਾਂ ਇਹਨੂੰ ਅੱਧ ਸੇਵਾ ਜ਼ੋਰ ਦਾ ਕੰਮ ਜ਼ਰੂਰ ਕਰਨਾ ਪੈਂਦਾ। ਜਿਹੜਾ ਇਹਦਾ ਥੱਕਿਆ ਹੋਇਆ ਸਰੀਰ ਮਨ ਥੱਕ ਜਾਵੇ, ਮਨ ਥੱਕਿਆ ਹੋਇਆ ਪਰਮਾਤਮਾ ਦੇ ਵਿੱਚ ਜੁੜਿਆ ਕਰਦਾ ਹੈ। ਤਾਂ ਕਰਕੇ ਗੁਰੂ ਘਰ ਦੇ ਵਿੱਚ ਸਭ ਤੋਂ ਵੱਡੀ ਸੇਵਾ ਵੀ ਦੱਸਿਆ ਵੀ ਜੋ ਇਨਸਾਨ ਸੇਵਾ ਕਰਦੇ ਨੇ ਉਹਨਾਂ ਨੂੰ ਵੀ ਬਹੁਤ ਵੱਡੇ ਫਲ ਦੀ ਪ੍ਰਾਪਤੀ ਹੁੰਦੀ ਹੈ। ਪ੍ਰਭੂ ਦੇ ਸਿਮਰਨ ਦੇ ਵਿੱਚ ਉਹੀ ਜੁੜ ਪਾਉਂਦੇ ਨੇ ਜਿਹੜੇ ਸੇਵਾ ਕਰਦੇ ਨੇ। ਜਿਹੜੇ ਸਿਮਰਨ 'ਚ ਜੁੜੇ ਹੋਏ ਨੇ ਉਹਨਾਂ ਨੂੰ ਵੀ ਸੇਵਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਗੇ ਅੱਗੇ ਵਧਣ ਵਾਸਤੇ ਹਰੇਕ ਦੀ ਇੱਛਾ ਹੁੰਦੀ ਹੈ। ਜੇ ਤੁਸੀਂ 1 ਹਫ਼ਤਾ ਸਿਮਰਨ ਕਰਦੇ ਹੋ, ਦਿਨ ਦੇ ਵਿੱਚ 1 ਦਿਨ ਸੇਵਾ ਦਾ ਜ਼ਰੂਰ ਚਾਹੀਦਾ, ਜਿਹਦੇ ਨਾਲ ਨਿਮਰਤਾ ਆਉਂਦੀ ਹੈ। ਗੁਰੂ ਘਰ ਦੇ ਵਿੱਚ ਜਿਹੜਾ ਇਨਸਾਨ 0 ਬਣ ਕੇ ਆਉਂਦਾ ਹੈ, ਉਹਦੇ 'ਤੇ ਹੀ ਕਿਰਪਾ ਹੁੰਦੀ ਹੈ। ਜਿਹੜਾ ਕੁਛ ਬਣ ਕੇ ਆਉਂਦਾ ਹੈ ਉਹਨੂੰ ਵਸਤੂ ਨਹੀਂ ਪ੍ਰਾਪਤ ਹੁੰਦੀ। ਤਾਂ ਕਰਕੇ ਕਬੀਰ ਕੂਕਰ ਰਾਮ ਕੋ ਮੁਤੀਆ ਮੇਰਾ ਨਾਉ, ਗਲੇ ਹਮਾਰੇ ਜੇਵਰੀ ਜੈ ਖਿੱਚੇ ਤੈਂ ਜਾਉ। ਗੁਰੂ ਦੀ ਇਹ ਸਾਡੇ ਜੋ ਸਿਮਰਨ ਕਰਾਂਗੇ, ਸਮਝ ਲਓ ਸਾਡਾ ਸਾਰਾ ਹੀ ਜੀਵਨ ਗੁਰੂ ਦਾ ਹੋ ਜਾਂਦਾ ਹੈ। ਗਲ ਦੇ ਵਿੱਚ ਉਹਦੇ ਹੁਕਮ ਦੀ ਰੱਸੀ ਪੈ ਜਾਂਦੀ ਹੈ, ਉਹ ਜਿੱਦ ਨੂੰ ਖਿੱਚਦਾ ਉਹਦੇ ਮੁਤਾਬਕ ਸਾਡੇ ਆਪਦੇ ਖਿਆਲ ਨਹੀਂ ਰਹਿੰਦੇ, ਗੁਰੂ ਦੇ ਖਿਆਲਾਂ ਮੁਤਾਬਕ ਅਸੀਂ ਸੇਵਾ ਨਿਭਾਉਂਦੇ ਹਾਂ। ਉਹ ਸੇਵਾ ਦੀ ਬਾਬਤ ਗੁਰੂ ਜੀ ਗੁਰਬਾਣੀ 'ਚ ਇਉਂ ਫਰਮਾਨ ਕਰਦੇ ਨੇ, ਭਵ ਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ, ਭਵ ਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ, ਭਵ ਜਲ ਤਰ ਜਾਈਦਾ ਸਤਿਗੁਰ ਦੀ ਸੇਵਾ ਕਰਕੇ, ਭਵ ਜਲ ਤਰ ਜਾਈਦਾ ਸਤਿਗੁਰ ਦੀ ਸੇਵਾ ਕਰਕੇ। ਜਾਈਂਦਾ ਸਤਿਗੁਰ ਦੀ ਸੇਵਾ ਕਰਕੇ, ਭਾਵ
ਜਲ ਤਰ ਜਾਈਦਾ ਸਤਿਗੁਰ ਦੀ ਸੇਵਾ ਕਰਕੇ ਪਾਵ ਜਲ ਤਰ ਜਾਈਦਾ ਸਤਿਗੁਰ ਦੀ ਸੇਵਾ ਕਰਕੇ 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 ਨਜ਼ਰ ਕਰੇ ਜਿਸ ਆਪਣੀ ਇਸ ਲਾਏ ਹੇਤ ਪਿਆਰ ਸਤਿਗੁਰ ਕੀ ਸੇਵਾ ਲੱਗਿਆ ਭਵ ਜਲ ਤਰੀਏ ਸੰਸਾਰ ਭਾਵਨਾ ਹੇਠਾਂ ਉੱਤੇ ਹੁੰਦੀ ਰਹਿੰਦੀ ਹੈ ਜਿਹਦੇ ਕਰਕੇ ਸਾਨੂੰ ਉਹ ਚੀਜ਼ ਦੇ ਵਿੱਚ ਸਫਲਤਾ ਨਹੀਂ ਮਿਲਦੀ ਜਿਹੜੇ ਅਸੀਂ ਕਈ ਵਾਰੀ ਜੀਵਨ ਪੜ੍ਹਦੇ ਹਾਂ ਕਿਸੇ ਮਹਾਂਪੁਰਸ਼ ਦੇ ਜਾਂ ਕਿਸੇ ਗੁਰਸਿੱਖ ਗੁਰਮੁਖ ਦੇ ਮਹਾਂਪੁਰਸ਼ ਕਹਿ ਲਓ ਗੁਰਸਿੱਖ ਕਹਿ ਲਓ ਗੁਰਮੁਖ ਕਹਿ ਲਓ ਉਹਨਾਂ ਦੇ ਨਾਮ ਨੇ ਜਿਨ੍ਹਾਂ ਦਾ ਮਨ ਜੁੜਿਆ ਹੁੰਦਾ ਸੋ ਇਹ ਹੈ ਅਤੇ ਇਸੇ ਤਰ੍ਹਾਂ ਉਹਨਾਂ ਤੋਂ ਜੇ ਪੁੱਛੀਦਾ ਵੀ ਤੁਸੀਂ ਮਹਾਂਪੁਰਸ਼ੋ ਵੀ ਇਹ ਜਗ੍ਹਾ 'ਤੇ ਕਿਵੇਂ ਪਹੁੰਚ ਗਏ ਆਸਤੇ ਆਸਤੇ ਉਹ ਇਹੀ ਦੱਸਦੇ ਨੇ ਵੀ ਜਿੱਦਣ ਅਸੀਂ ਪਹਿਲਾਂ ਗੁਰੂ ਦਾ ਲੜ ਫੜਿਆ ਸੀ ਉਹਦੇ 'ਚ ਸ਼ਰਧਾ ਦੇ ਵਿੱਚ ਫਰਕ ਨਹੀਂ ਪਿਆ ਉਦੋਂ ਅੱਗੇ ਵੱਧਦੀ ਗਈ ਹੈ ਘਟੀ ਨਹੀਂ ਜਿਸ ਇਨਸਾਨ ਦੀ ਸ਼ਰਧਾ ਕਦੇ ਕਿਵੇਂ ਉਹ ਇਨਸਾਨ ਦੇ ਜਿਹੜੇ ਕਾਰਜ ਨੇ ਅਧੂਰੇ ਵੀ ਰਹਿੰਦੇ ਨੇ ਜਿਹੜਾ ਸੰਸਾਰ ਦੇ ਵਿੱਚ ਅਨੇਕਾਂ ਜਿਵੇਂ ਕੋਈ ਰਸਤਾ ਭੁੱਲ ਕੇ ਕਈ ਕਈ ਕਿਲੋਮੀਟਰ ਉੱਤੋਂ ਦੀ ਪੈਂਦੇ ਨੇ ਉਹ ਚੀਜ਼ਾਂ ਵੀ ਪੈਂਦੀਆਂ ਨੇ ਬਾਕੀ ਉਹਨਾਂ ਇਨਸਾਨ ਦਾ ਫਿਰ ਜ਼ਿਆਦਾ ਹੁੰਦਾ ਜਿਹੜੇ ਇਨਸਾਨ ਕਰਮ ਕਰਦੇ ਕਰਦੇ ਖੁਸ਼ੀ 'ਚ ਜ਼ਿਆਦਾ ਹੁੰਦੇ ਨੇ ਗੁਰਮਤਿ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਹੈ ਵੀ ਤੁਸੀਂ ਹਰ ਵਕਤ ਕੋਈ ਵੀ ਚੀਜ਼ ਗੁਰੂ ਨੇ ਤੁਹਾਨੂੰ ਚੀਜ਼ ਦੇ ਦਿੱਤੀ ਤੁਸੀਂ ਬਹੁਤ ਖੁਸ਼ ਹੋਵੋ ਉਹ ਖੁਸ਼ੀ ਦਾ ਪ੍ਰਤੀਕ ਇਹ ਹੈ ਵੀ ਤੁਸੀਂ ਦੁਨੀਆ 'ਚ ਖੁਸ਼ ਹੋ ਸਕਦੇ ਹੋ ਰੱਬ ਦੇ ਘਰ ਬੰਨੀਓ ਨਿਰਾਸ਼ ਰਹੋਗੇ ਉਧਰਲਾ ਕੁਛ ਨਹੀਂ ਪਤਾ ਲੱਗੇਗਾ ਗੁਰੂ ਨੂੰ ਸੇਵਾ ਦੇ ਵਿੱਚ ਲੈਣ ਵਾਸਤੇ ਇਹਨੂੰ ਮਨ ਦੇ ਵਿੱਚ ਸਮਬਿਰਤੀ ਪੈਦਾ ਕਰਨੀ ਪੈਂਦੀ ਹੈ ਸਮ ਦਾ ਮਤਲਬ ਹੈ ਨਾ ਵੀ ਖੁਸ਼ੀ ਹੈ ਨਾ ਗਮੀ ਹੈ ਬਸਤੀ ਜਦ ਗੁਰੂ ਦੀ ਹੈ ਉਹ ਅਵਸਥਾ ਨੂੰ ਫੜਨ ਵਾਸਤੇ ਇਹ ਮਨ ਤੋਂ ਸੋਚਿਆਂ ਤੋਂ ਨਹੀਂ ਬਣਦੀ ਹੁੰਦੀ ਗੁਰੂ ਦੇ ਅੱਗੇ ਕੁਛ ਸੇਵਾ ਉਹ ਸਿਮਰਨ ਦੀ ਤਿਆਰੀ ਕਰਨੀ ਪੈਂਦੀ ਹੈ ਸਿਮਰਨ ਦੀ ਜਦੋਂ ਤਿਆਰੀ ਅਸੀਂ ਕਰਾਂਗੇ ਉਹਦੇ ਵਿੱਚ ਇਹਦੇ ਜੋ ਗਿਆਨ ਵਧੇਗਾ ਕਿਉਂਕਿ ਜਿਹੜਾ ਪ੍ਰੇਮ ਅੱਜ ਹੈ ਸਾਨੂੰ ਜਦੋਂ ਅਸੀਂ ਕੰਠ 'ਤੇ ਭਜਨ ਕਰਾਂਗੇ ਉਦੋਂ ਵਧੇਗਾ ਜਦੋਂ ਅਸੀਂ ਹਿਰਦੇ ਚੱਕਰ ਜਾਵਾਂਗੇ ਇਦੋਂ ਵੀ ਜ਼ਿਆਦਾ ਪ੍ਰੇਮ ਵਧੇਗਾ ਜਦੋਂ ਅਸੀਂ ਨਾਭੀ ਚੱਕਰ 'ਤੇ ਜਾਵਾਂਗੇ ਤਾਂ ਉੱਥੋਂ ਉਦੋਂ ਵੀ ਪ੍ਰੇਮ ਵਧੇਗਾ ਜਦੋਂ ਉਹ ਪ੍ਰੇਮ ਵੱਧਦਾ ਜਾਵੇਗਾ ਜਿਉਂ ਜਿਉਂ ਅੱਗੇ ਜਾਵੇਗਾ ਅਤੇ ਉਹ
ਤੱਕ ਇਨਸਾਨ ਜਿਹੜਾ ਹੈ ਜਿੰਨਾ ਟਾਈਮ ਆਤਮ ਗਿਆਨੀ ਨਹੀਂ ਬਣਦਾ ਉਨਾ ਟਾਈਮ ਇਹਨੂੰ ਕਈ ਚੱਕਰ ਪੈਂਦੇ ਰਹਿੰਦੇ, ਕਦੇ ਕਿਸੇ ਦੀ ਗੱਲ ਚੰਗੀ ਲੱਗੀ ਉਹਦੇ ਮਗਰ ਹੋ ਲਿਆ, ਕਦੇ ਕਿਸੇ ਦੀ ਗੱਲ ਚੰਗੀ ਲੱਗੀ ਉਹਦੇ ਮਗਰ ਹੋ ਲਿਆ। ਪਰ ਇਹ ਹੈ ਜਿਹੜਾ ਰਸਤਾ ਹੈ ਉੱਥੇ ਜਾ ਕੇ ਬੰਦਾ ਨਹੀਂ ਭੁੜਕਦਾ, ਨਹੀਂ ਤਾਂ ਕਈ ਇੱਧਰ ਉੱਧਰ ਭੜਕਣ ਵਾਲੀਆਂ ਗੱਲਾਂ ਸੰਸਾਰ 'ਚ ਮਿਲਦੀਆਂ ਰਹਿੰਦੀਆਂ ਨੇ। ਸੋ ਖਿਆਲ ਲੈ ਕੇ ਆਓ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਬਾਣੀ ਵਿੱਚ ਇਹ ਫਰਮਾਨ ਕਰਦੇ ਨੇ ਵੀ ਇਹ ਉਦਾਹਰਨ ਧਰੂ ਦੀ, ਗਣਕਾ ਦੀ, ਗਜ ਦੀ, ਚੌਥੀ ਉਦਾਹਰਨ ਅਜਾਮਲ ਦੀ ਦਿੱਤੀ ਹੈ। ਅਜਾਮਲ ਪਾਪੀ ਜਗ ਜਾਨ ਹੈ, ਨਿਮਕ ਮਾਇ ਨਸਤਾਰਾ ਨਾਨਕ ਕਹਿ ਚੇ ਚਿੰਦਰਵਾਰ ਦੇ ਵਿੱਚ ਪੁਰਾਣੇ ਜ਼ਮਾਨਿਆਂ ਵਿੱਚ ਲੋਕ ਕਥਾ ਕਰਦੇ, ਉਹਨਾਂ ਨੂੰ ਇੱਕ ਰਾਜਗੁਰੂ ਰੱਖਣਾ ਪੈਂਦਾ ਹੈ। ਰਾਜਗੁਰੂ ਦਾ ਲੜਕਾ ਸੀ, ਰਾਜਗੁਰੂ ਦੇ ਘਰ ਦੇ ਵਿੱਚ ਪੈਦਾ ਹੋਇਆ, ਸਾਰਾ ਕੁਛ ਕਰਦਾ ਹੋਇਆ, ਪਰ ਕੁਸੰਗਤ 'ਚ ਕਿਸੇ ਤਰੀਕੇ ਨਾਲ ਪੈ ਗਿਆ। ਚੜ੍ਹਦੀ ਜਵਾਨੀ ਜਦੋਂ ਕੁਸੰਗਤ 'ਚ ਪਿਆ, ਆਪਦੇ ਪਿਤਾ ਦੀ ਸਿੱਖਿਆ ਵੀ ਸਾਰੀ ਭੁੱਲ ਗਿਆ। ਰਾਜਗੁਰੂ ਸੀ, ਐਡਾ ਬੜਾ ਸਤਿਕਾਰ, ਲੋਕਾਂ ਨੂੰ ਕਥਾ ਸੁਣਾ ਰਿਹਾ, ਲੋਕਾਂ ਦੇ ਜੀਵਨ ਤਬਦੀਲ ਹੋ ਰਹੇ ਨੇ, ਪਰ ਉਹਦਾ ਆਪਦਾ ਬੇਟਾ ਜਿਹੜਾ ਹੈ ਕੁਸੰਗਤ 'ਚ ਪੈ ਗਿਆ। ਕੁਸੰਗਤ ਐਸੀ ਚੀਜ਼ ਹੈ, ਇਨਸਾਨ ਇੱਕ ਵਾਰੀ ਭੜਕ ਜਾਵੇ ਰਸਤੇ ਤੋਂ, ਮੁੜ ਕੇ ਉਸ ਰਸਤੇ 'ਤੇ ਆਉਣ ਨੂੰ ਬਹੁਤ ਸਮਾਂ ਲੱਗਦਾ ਹੈ। ਤਾਂ ਕਰਕੇ ਗੁਰਬਾਣੀ ਵੀ ਕੁਸੰਗਤ ਦੀ ਬਾਬਤ ਇਉਂ ਫਰਮਾਨ ਕਰਦੀ ਹੈ। ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਾਂ, ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਾਂ, ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਾਂ, ਪਿਆਰੇ ਜੀ ਮਾਰੀ ਮੈਂ ਕੁਸੰਗ ਦੀ ਮਾਂ। ਨਿਕਟ ਜੋ ਬੇਰ, ਪਿਆਰੇ ਕੇਲੇ ਨਿਕਟ ਜੋ ਬੇਰ,
ਕੀ ਕੇਲੇ ਨਿਕਟ ਜੋ ਵੇਰ ਉਹ ਚੁੰਨਰ ਉਹ ਚੀਰੀਐ ਤਾਕਤ ਸੰਗ ਨਾ ਹੇਰ ਸੋ ਇਉਂ ਕਰਕੇ ਕੁਸੰਗਤ ਦਾ ਇੱਕ ਸਤਸੰਗਤ ਦਾ ਦੋਨਾਂ ਦੇ ਰਸਤੇ ਅਲੱਗ ਅਲੱਗ ਨੇ। ਇਹ ਨਹੀਂ ਹੋ ਸਕਦਾ ਵੀ ਕੁਸੰਗੀ ਆਦਮੀ ਸਤਸੰਗਤ ਦੇ ਵਿੱਚ ਉਹਦਾ ਮਨ ਅਤੇ ਤਰੱਕੀ ਲੈ ਲਵੇ। ਤਰੱਕੀ ਲੈਣ ਵਾਸਤੇ ਇਹਨੂੰ ਸਤਸੰਗਤ ਦੀ ਜ਼ਰੂਰਤ ਪੈਂਦੀ ਹੈ। ਜਿਹੜਾ ਅਜਾਮਲ ਸੀ ਇਸ ਨੂੰ ਵੀ ਬੁਰੀਆਂ ਆਦਤਾਂ ਪੈ ਗਈਆਂ। ਰਾਜੇ ਨੇ ਜਦੋਂ ਦੇਖਿਆ ਵੀ ਰਾਜਗੁਰੂ ਦਾ ਪੁੱਤਰ ਹੈ ਉਹਨੂੰ ਦੇਸ਼ ਨਿਕਾਲਾ ਦੇ ਦਿੱਤਾ, ਦੇਸ਼ ਨਿਕਾਲਾ ਦੇਸ਼ 'ਚੋਂ ਬਾਹਰ ਕੱਢ ਦਿੱਤਾ। ਉਹਦੇ ਨਾਲ ਉਹ ਕੰਚਨੀ ਲੜਕੀ ਹੈ ਜੰਗਲਾਂ 'ਚ ਦੂਸਰੇ ਪਾਸੇ ਦੂਸਰੇ ਰਾਜ 'ਚ ਰਹਿੰਦੇ ਨੇ, ਛੱਪਰੀ ਝੌਂਪੜੀ ਪਾਈ ਹੈ ਉੱਥੇ ਰਹਿੰਦਾ। ਰਹਿੰਦੇ ਹੋਏ ਉਸ ਜਗ੍ਹਾ 'ਤੇ ਉਸਦੇ 5 ਬੱਚੇ ਹੋਏ, ਇੱਕ ਮਹਾਤਮਾ ਉੱਥੋਂ ਦੀ ਵਿਚਰ ਰਹੇ ਨੇ। ਉਹਨੇ ਅਜਾਮਲ ਨੇ ਹੱਥ ਜੋੜਿਆ, ਕਹਿਣ ਲੱਗਿਆ ਮਹਾਰਾਜ ਮੇਰੇ ਕੋਲ ਕੁਛ ਖਵਾਉਣ ਨੂੰ ਤਾਂ ਹੈ ਨਹੀਂ, ਕੁਛ ਸੇਵਾ ਦਾ ਟਾਈਮ ਦੇ ਦਿਉ। ਉਹਨੇ ਮਹਾਂਪੁਰਸ਼ ਬੈਠ ਗਏ, ਉਹਦੇ ਕੋਲ ਥੋੜ੍ਹੇ ਜਿਹੇ ਚਨਿਆਂ ਦੇ ਦਾਣੇ ਸੀ, ਉਹ ਲਿਆ ਕੇ ਅੱਗੇ ਰੱਖੇ, ਅਰਜ਼ ਕੀਤੀ ਮਹਾਰਾਜ ਮੇਰੇ ਕੋਲ ਆਹੀ ਕੁਛ ਹੈ, ਤੁਸੀਂ ਕਿਰਪਾ ਕਰਕੇ ਮੇਰਾ ਇਹ ਸਵੀਕਾਰ ਕਰੋ, ਪਰ ਮੇਰਾ ਮੈਂ ਪਾਪੀ ਹਾਂ। ਕਹਿੰਦੇ ਇੱਕ ਤਾਂ ਲੋਕ ਹੁੰਦੇ ਨੇ ਪਿੰਡ ਦੇ ਪਾਪੀ ਕਹਿੰਦੇ ਨੇ, ਇੱਕ ਘਰ ਦੇ ਕਹਿੰਦੇ ਨੇ, ਮੈਨੂੰ ਤਾਂ ਸਾਰੇ ਲੋਕ ਦੁਨੀਆਂ ਦੇ ਪਾਪੀ ਕਹਿੰਦੇ ਨੇ। ਅਜਾਮਲ ਪਾਪੀ ਜੱਗ ਜਾਣੇ, ਸਾਰਾ ਸੰਸਾਰ ਦੇ ਲੋਕ ਜਾਣਦੇ ਨੇ, ਆਪ ਕਿਰਪਾ ਕਰੋ ਮੇਰਾ ਵੀ ਕਿਤੇ ਉਧਾਰ ਹੋ ਜਾਵੇਗਾ। ਮਹਾਂਪੁਰਸ਼ ਕਹਿਣ ਲੱਗੇ ਵੀ ਹਾਂ ਹੋ ਜਾਵੇਗਾ। ਦੱਸਿਆ ਵੀ ਇਸ ਤਰ੍ਹਾਂ ਤੇਰੇ ਅੱਗੇ ਬੱਚਾ ਆਉਣ ਵਾਲਾ ਹੈ, ਉਹਨੂੰ ਤੂੰ ਉਹਦਾ ਨਾਮ ਨਾਰਾਇਣ ਰੱਖੀ। ਉਸਦਾ ਉਹਨੇ ਇਸੇ ਤਰ੍ਹਾਂ ਹੀ ਕੀਤਾ, ਮਹਾਤਮਾ ਦਾ ਵਚਨ ਮੰਨ ਕੇ ਪੁੱਤਰ ਦਾ ਨਾਮ ਨਾਰਾਇਣ ਰੱਖਿਆ। ਸਾਨੂੰ ਹਮੇਸ਼ਾ ਛੋਟੇ ਬੱਚੇ ਨਾਲ ਪਿਆਰ ਬਹੁਤ ਹੁੰਦਾ ਹੈ। ਉਹਨੂੰ ਅਜਾਮਲ ਨੂੰ ਵੀ ਬੜਾ ਪਿਆਰ ਹੋ ਗਿਆ ਆਪਣੇ ਬੱਚੇ ਨਾਲ। ਉੱਧਰ ਅੰਤ ਸਮਾਂ ਆਇਆ, ਅੰਤ ਸਮੇਂ ਉਸ ਵੇਲੇ ਜਮਦੂਤਾਂ ਦੀ ਮਾਰ ਪੈਂਦੀ ਹੈ। ਇਹ ਆਪਦੇ ਬੱਚੇ ਨੂੰ ਯਾਦ ਕਰਦਾ, ਪੁੱਤਰ ਨਾਰਾਇਣ, ਪੁੱਤਰ ਨਾਰਾਇਣ, ਪੁੱਤਰ ਨਾਰਾਇਣ ਬਚਾਓ। ਜਿਉਂ ਜਿਉਂ ਇਹਦੀ ਜਾਨ ਸਰੀਰ 'ਚੋਂ ਨਿਕਲਦੀ ਹੈ, ਉਸ ਵੇਲੇ ਬੌਂਦਲਿਆ ਹੋਇਆ ਨਾਰਾਇਣ 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 ਨਾਰਾਇਣ, ਪੁੱਤਰ ਕਹਿਣਾ ਭੁੱਲ ਗਿਆ, ਨਾਰਾਇਣ ਨਾਰਾਇਣ ਕਹਿਣਾ ਚੱਲ ਪਿਆ। ਇੱਧਰ ਸਤਿਗੁਰੂ ਜੀ ਕਹਿੰਦੇ, ਅੰਤਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜਿਮਰੇ, ਬਦਤ ਤਦੋਰ ਚਿੰਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੈ ਵਸੈ। ਜਿਹੜਾ ਉਹਨੂੰ ਵਾਹਿਗੁਰੂ ਨੂੰ ਯਾਦ ਕਰਦਾ, ਭਾਵੇਂ ਪਾਪੀ ਬੰਦਾ ਹੋਵੇ ਜਿਹੋ ਜਿਹਾ ਵੀ ਹੈ, ਪਰ ਟਾਈਮ 'ਤੇ ਨਹੀਂ ਜਪਿਆ ਜਾਂਦਾ, ਜਿਹਨਾਂ ਨੇ ਸੁਭਾਅ ਬਣਾਏ ਨੇ ਉਹ ਜਪ ਪਾਉਂਦੇ ਨੇ, ਉਹਨਾਂ ਨੂੰ ਉਹ ਗਤੀ ਮਿਲਦੀ ਹੈ ਜਿਹੜੇ ਕਈ ਕਈ ਸਾਲ ਤਪੱਸਿਆ ਕਰਕੇ ਮਨ ਮਾਰ ਕੇ ਉਹ ਪ੍ਰਾਪਤੀ ਹੁੰਦੀ ਹੈ। ਤਾਂ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਬਾਣੀ ਵਿੱਚ ਇਉਂ ਸੰਬੋਧਨ ਕਰਦੇ ਨੇ। ਧਾਰਨਾ ਪੜ੍ਹ ਕੇ ਬਾਬਾ ਜੀ ਨੂੰ ਮੈਂ ਬੇਨਤੀ ਕਰਾਂਗਾ, ਇਹ ਸਮਾਪਤੀ ਕਰਨਗੇ। ਸੋ ਆਓ ਸਾਰਿਆਂ ਨੇ ਬੋਲਣਾ। ਤੇਰੇ ਨਾਮ ਨੇ ਅਜਾਮਲ ਤਾਰਿਆ, ਦਸ ਭਾਈ ਗਣਕਾਨੇ। ਤੇਰੇ ਨਾਮ ਨੇ ਅਜਾਮਲ ਤਾਰਿਆ, ਦਸ ਭਾਈ ਗਣਕਾਨੇ। ਤੇਰੇ ਨਾਮ ਨੇ ਅਜਾਮਲ ਤਾਰਿਆ,
ਜਗ ਜਾਣੈ ਨਿਮਕ ਮਾਇ ਨਸਤਾਰਾ ਨਾਨਕ ਕਹਿ ਚੇ ਚਿੰਤਾ ਮਨ ਤੈ ਭੀ ਉਤਰ ਸਪਾਰਾ ਇਤਨੀ ਖਾਇਰੀ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਦੀ ਖਿਮਾ ਚਾਹੁੰਦੇ ਹਾਂ। ਆਪ ਸਾਰੀਆਂ ਸੰਗਤ ਦਾ ਧੰਨਵਾਦ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧੰਨਵਾਦ ਹੈ। ਕੋਟਾਨ ਕੋਟ ਤੋਂ ਅਸੀਂ ਕੱਲ ਹੀ ਇੰਡੀਆ ਤੋਂ ਆਏ ਸੀ। ਮੈਂ ਹਰੇਕ ਸਾਲ ਆਉਣਾ ਪਹਿਲਾਂ 14 ਸਾਲ ਪਹਿਲਾਂ ਮੈਂ ਇੱਥੇ ਨਮਸਕਾਰ ਕਰਕੇ ਗਿਆ ਸੀ ਗੁਰੂ ਘਰ। ਵੈਸੇ ਇੱਧਰ ਉੱਧਰ ਪ੍ਰੋਗਰਾਮ ਕਰ ਲੈਂਦੇ ਨੇ। ਇੱਥੇ ਅੱਜ ਮੈਨੂੰ ਇਹਨਾਂ ਬਾਬਾ ਜੀ ਨੇ ਤੇਰਾ ਪ੍ਰੋਗਰਾਮ ਬਣਾਇਆ ਸੀ, ਸੋ ਇੰਨੀ ਖਾਇਰੀ ਮੇਰੀ ਪ੍ਰਵਾਨ ਕਰਿਓ। ਹੋਈਆਂ ਫੁੱਲਾਂ ਦੇ ਕਿਵਾਂ ਚਾਹੁੰਦੇ ਹਾਂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।